ਹਾਂਜੀ, ਕੱਲ 22 ਤਰੀਕ ਨੂੰ ਸਵੇਰੇ ਅਰਲੀ ਮਾਰਨਿੰਗ ਤਕਰੀਬਨ 2:30 ਵਜੇ ਇੱਕ ਦਿਲਾਵਰ ਸਿੰਘ ਨਾਮ ਦੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸੀ, ਅਤੇ ਇੱਕ ਉਹਦੇ ਨਾਲ ਜਿਹੜਾ ਮੁੰਡਾ ਜਿਹੜਾ ਉਹਦਾ ਨਾਲ ਜਿਹੜਾ ਰਾਈਡਰ ਸੀਗਾ ਸਕੂਟਰੀ 'ਤੇ ਉਹਨੂੰ ਜ਼ਖਮੀ ਕਰਤਾ ਸੀਗਾ, ਅਤੇ ਉਸੇ ਸੰਬੰਧ ਦੇ ਵਿੱਚ ਜਿਹੜਾ ਜ਼ੀਰਕਪੁਰ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 24 ਘੰਟੇ ਤੋਂ ਪਹਿਲਾਂ ਜਿਹੜਾ ਜਿਹੜਾ ਜਿਹੜੀ ਅੰਨੇ ਕਤਲ ਦੀ ਜਿਹੜੀ ਗੁੱਥੀ ਸੀ ਉਹਨੂੰ ਸੁਲਝਾਉਂਦੇ ਹੋਏ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਜਿਹੜਾ ਇੱਕ ਪਹਿਲਾ ਦੋਸ਼ੀ ਹੈ ਸੋਨੂ ਹੈ, ਇਹ ਆਪਣਾ ਪੰਚਕੂਲਾ ਦਾ ਰਹਿਣ ਵਾਲਾ, ਅਤੇ ਪਿੱਛੋਂ ਇਹ ਮਨੀਮਾਈ ਦਾ ਰਹਿਣ ਵਾਲਾ। ਜਿਹੜਾ ਦੂਸਰਾ ਦੋਸ਼ੀ ਹੈ ਵਰੁਣ ਰਾਏ ਹੈ, ਇਹ ਬੇਸਿਕਲੀ ਦਿੱਲੀ ਦਾ ਰਹਿਣ ਵਾਲਾ, ਬਟ ਇਹ ਇੱਥੇ ਰੈਂਟ 'ਤੇ ਰਹਿ ਰਿਹਾ ਸੀਗਾ। ਦੋਨੋਂ ਜੀ ਕੋਈ ਕੰਮ ਨਹੀਂ ਕਰਦੇ ਗੇ, ਇਹ ਜਿਹੜਾ ਤਾਂ ਸੀਗਾ ਵਰੁਣ ਪਹਿਲਾਂ ਇਹ ਰੇਹੜੀ ਲਾਉਂਦਾ ਰਿਹਾ, ਬਟ ਉਹ ਵੀ ਇਹਨਾਂ ਨੇ ਕੰਮ ਛੱਡਤਾ ਸੀਗਾ, ਅਤੇ ਜਿਹੜਾ ਸੋਨੂ ਆ ਇਹ ਵੀ ਕੋਈ ਕੰਮ ਨਹੀਂ ਕਰਦੇ। ਕਤਲ ਦਾ ਕਾਰਨ ਇਹ ਸੀਗਾ ਜੀ, ਜਿਹੜਾ ਇਹ ਜਿਹੜਾ ਸੋਨੂ ਸੀਗਾ ਇਹਦੀ ਇੱਕ ਗਰਲਫ੍ਰੈਂਡ ਸੀਗੀ, ਅਤੇ ਇਹਨੂੰ ਸ਼ੱਕ ਹੋ ਗਿਆ ਵੀ ਜਿਹੜਾ ਦਿਲਾਵਰ ਮੁੰਡਾ ਸੀਗਾ ਉਹਦੇ ਨਾਲ ਵੀ ਉਹਦੀ ਫਰੈਂਡਸ਼ਿਪ ਹੈਗੀ ਆ, ਸੋ ਇਸੇ ਰੰਜਿਸ਼ ਦੇ ਤਹਿਤ ਵੀ ਕਿਤੇ ਮੇਰੀ ਜਿਹੜੀ ਗਰਲਫ੍ਰੈਂਡ ਆ ਉਹਦੀ ਇਹਦੇ ਨਾਲ ਵੀ ਗੱਲਬਾਤ ਹੈਗੀ, ਉਸੇ ਚੱਕਰ ਦੇ ਵਿੱਚ ਇਹਨੇ ਦਿਲ 'ਚ ਖੁੰਦਕ ਰੱਖੀ ਅਤੇ ਉਹਨੂੰ ਕੱਲ੍ਹ ਕਤਲ ਕਰਤਾ। ਨਹੀਂ, ਫਿਲਹਾਲ ਨਸ਼ੇ ਵਾਲੀ ਕੋਈ ਇਹੋ ਜਿਹੀ ਗੱਲ ਸਮਝੇ ਅਜੇ ਤੱਕ ਸਮਝ ਨਹੀਂ ਆਈ, ਜੇ ਕੋਈ ਦੌਰਾਨੇ ਤਬਦੀਲ ਸਾਹਮਣੇ ਆਈ ਤਾਂ ਜ਼ਰੂਰ ਤੁਹਾਨੂੰ ਦੱਸਾਂਗੇ। ਵਾਰਦਾਤ 'ਚ ਇਹਨਾਂ ਨੇ ਇੱਕ ਤਿੱਖੀ ਤੇਜ਼ ਧਾਰ ਜਿਹੜਾ ਚਾਕੂ ਸੀਗਾ ਉਹ ਬਰਾਮਦ ਹੋਇਆ। ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ, ਇਹਨਾਂ ਤੋਂ ਇੱਕ ਸਕੂਟਰੀ ਵੀ ਬਰਾਮਦ ਹੋਈ ਹੈ ਜਿਹੜੀ ਇਹਨਾਂ ਨੇ ਪੰਚਕੂਲੇ ਤੋਂ ਚੋਰੀ ਕੀਤੀ ਸੀ, ਉਸੇ ਹੀ ਸਕੂਟਰੀ 'ਤੇ ਇਹਨਾਂ ਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ। ਹਾਂਜੀ, ਜਿਹੜੇ ਦੋਨੋਂ ਦੋਸ਼ੀ ਨੇ ਇਹਨਾਂ ਦੀ ਫਿਲਹਾਲ ਤਾਂ ਜਿਹੜਾ ਜਿਵੇਂ ਤੁਹਾਨੂੰ ਦੱਸਿਆ ਜਿਵੇਂ ਪੰਜਾਬ ਦੇ ਵਿੱਚ ਤਾਂ ਕੋਈ FIR ਦਰਜ ਨਹੀਂ, ਜਿਵੇਂ ਇੱਕ ਦਿੱਲੀ ਦਾ ਰਹਿਣ ਵਾਲਾ, ਇੱਕ ਪੰਚਕੂਲੇ ਦਾ, ਅਸੀਂ ਦੋਨਾਂ ਜਗ੍ਹਾ ਦੀ ਜਿਹੜੀ ਪੁਲਿਸ ਕੰਸਰਨਡ ਉਹਨਾਂ ਨਾਲ ਕੰਟੈਕਟ ਕਰ ਰਹੇ ਹਾਂ, ਜੇ ਸਾਨੂੰ ਕੋਈ ਹਿਸਟਰੀ ਸਾਹਮਣੇ ਆਈ ਤਾਂ ਮੈਂ ਤੁਹਾਨੂੰ ਦੁਬਾਰਾ ਦੱਸ ਦੂੰਗਾ। ਇਹ ਜਿਹੜਾ ਤਾਂ ਸੋਨੂ ਸੀਗਾ ਇਹ ਤਾਂ ਇੱਥੇ ਪ੍ਰਭਾਤ 'ਚ ਹੀ ਕਿਤੇ ਇੱਥੇ ਕੋਈ ਪਹਿਲਾਂ ਇਹਦੇ ਕੋਈ ਜਾਣਕਾਰ ਸੀਗੇ ਉਹਨਾਂ ਦੇ ਘਰ ਛੁੱਪਦਾ ਰਿਹਾ ਜਿੰਨਾ ਵੀ ਟਾਈਮ ਲੁਕਿਆ ਇਹ 15-20 ਘੰਟੇ, ਅਤੇ ਜਿਹੜਾ ਦੂਸਰਾ ਸੀਗਾ ਆਪਣਾ ਵਰੁਣ ਇਹ ਇੱਕ ਵਾਰ ਇੱਥੋਂ ਚਲਾ ਗਿਆ ਸੀ ਬਟ ਫਿਰ ਇੱਥੇ ਹੀ ਆ ਗਿਆ, ਦੋਨੋਂ ਨੂੰ ਅਸੀਂ ਇੱਥੇ ਬਟਾਣੇ ਦੇ ਏਰੀਏ 'ਚ ਗ੍ਰਿਫਤਾਰ ਕੀਤਾ। ਹਾਂਜੀ, ਕੱਲ 22 ਤਰੀਕ ਨੂੰ ਸਵੇਰੇ ਅਰਲੀ ਮਾਰਨਿੰਗ ਤਕਰੀਬਨ 2:30 ਵਜੇ ਇੱਕ ਦਿਲਾਵਰ ਸਿੰਘ ਨਾਮ ਦੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸੀ, ਅਤੇ ਇੱਕ ਉਹਦੇ ਨਾਲ ਜਿਹੜਾ ਮੁੰਡਾ ਜਿਹੜਾ ਉਹਦਾ ਨਾਲ ਜਿਹੜਾ ਰਾਈਡਰ ਸੀਗਾ ਸਕੂਟਰੀ 'ਤੇ ਉਹਨੂੰ ਜ਼ਖਮੀ ਕਰਤਾ ਸੀਗਾ, ਅਤੇ ਉਸੇ ਸੰਬੰਧ ਦੇ ਵਿੱਚ ਜਿਹੜਾ ਜ਼ੀਰਕਪੁਰ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 24 ਘੰਟੇ ਤੋਂ ਪਹਿਲਾਂ ਜਿਹੜਾ ਜਿਹੜਾ ਜਿਹੜੀ ਅੰਨੇ ਕਤਲ ਦੀ ਜਿਹੜੀ ਗੁੱਥੀ ਸੀ ਉਹਨੂੰ ਸੁਲਝਾਉਂਦੇ ਹੋਏ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਜਿਹੜਾ ਇੱਕ ਪਹਿਲਾ ਦੋਸ਼ੀ ਹੈ ਸੋਨੂ ਹੈ, ਇਹ ਆਪਣਾ ਪੰਚਕੂਲਾ ਦਾ ਰਹਿਣ ਵਾਲਾ, ਅਤੇ ਪਿੱਛੋਂ ਇਹ ਮਨੀਮਾਈ ਦਾ ਰਹਿਣ ਵਾਲਾ। ਜਿਹੜਾ ਦੂਸਰਾ ਦੋਸ਼ੀ ਹੈ ਵਰੁਣ ਰਾਏ ਹੈ, ਇਹ ਬੇਸਿਕਲੀ ਦਿੱਲੀ ਦਾ ਰਹਿਣ ਵਾਲਾ, ਬਟ ਇਹ ਇੱਥੇ ਰੈਂਟ 'ਤੇ ਰਹਿ ਰਿਹਾ ਸੀਗਾ। ਦੋਨੋਂ ਜੀ ਕੋਈ ਕੰਮ ਨਹੀਂ ਕਰਦੇ ਗੇ, ਇਹ ਜਿਹੜਾ ਤਾਂ ਸੀਗਾ ਵਰੁਣ ਪਹਿਲਾਂ ਇਹ ਰੇਹੜੀ ਲਾਉਂਦਾ ਰਿਹਾ, ਬਟ ਉਹ ਵੀ ਇਹਨਾਂ ਨੇ ਕੰਮ ਛੱਡਤਾ ਸੀਗਾ, ਅਤੇ ਜਿਹੜਾ ਸੋਨੂ ਆ ਇਹ ਵੀ ਕੋਈ ਕੰਮ ਨਹੀਂ ਕਰਦੇ। ਕਤਲ ਦਾ ਕਾਰਨ ਇਹ ਸੀਗਾ ਜੀ, ਜਿਹੜਾ ਇਹ ਜਿਹੜਾ ਸੋਨੂ ਸੀਗਾ ਇਹਦੀ ਇੱਕ ਗਰਲਫ੍ਰੈਂਡ ਸੀਗੀ, ਅਤੇ ਇਹਨੂੰ ਸ਼ੱਕ ਹੋ ਗਿਆ ਵੀ ਜਿਹੜਾ ਦਿਲਾਵਰ ਮੁੰਡਾ ਸੀਗਾ ਉਹਦੇ ਨਾਲ ਵੀ ਉਹਦੀ ਫਰੈਂਡਸ਼ਿਪ ਹੈਗੀ ਆ, ਸੋ ਇਸੇ ਰੰਜਿਸ਼ ਦੇ ਤਹਿਤ ਵੀ ਕਿਤੇ ਮੇਰੀ ਜਿਹੜੀ ਗਰਲਫ੍ਰੈਂਡ ਆ ਉਹਦੀ ਇਹਦੇ ਨਾਲ ਵੀ ਗੱਲਬਾਤ ਹੈਗੀ, ਉਸੇ ਚੱਕਰ ਦੇ ਵਿੱਚ ਇਹਨੇ ਦਿਲ 'ਚ ਖੁੰਦਕ ਰੱਖੀ ਅਤੇ ਉਹਨੂੰ ਕੱਲ੍ਹ ਕਤਲ ਕਰਤਾ। ਨਹੀਂ, ਫਿਲਹਾਲ ਨਸ਼ੇ ਵਾਲੀ ਕੋਈ ਇਹੋ ਜਿਹੀ ਗੱਲ ਸਮਝੇ ਅਜੇ ਤੱਕ ਸਮਝ ਨਹੀਂ ਆਈ, ਜੇ ਕੋਈ ਦੌਰਾਨੇ ਤਬਦੀਲ ਸਾਹਮਣੇ ਆਈ ਤਾਂ ਜ਼ਰੂਰ ਤੁਹਾਨੂੰ ਦੱਸਾਂਗੇ ਜੀ। ਵਾਰਦਾਤ 'ਚ ਇਹਨਾਂ ਨੇ ਇੱਕ ਤਿੱਖੀ ਤੇਜ਼ ਧਾਰ ਜਿਹੜਾ ਚਾਕੂ ਸੀਗਾ ਉਹ ਬਰਾਮਦ ਹੋਇਆ। ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ, ਇਹਨਾਂ ਤੋਂ ਇੱਕ ਸਕੂਟਰੀ ਵੀ ਬਰਾਮਦ ਹੋਈ ਹੈ ਜਿਹੜੀ ਇਹਨਾਂ ਨੇ ਪੰਚਕੂਲੇ ਤੋਂ ਚੋਰੀ ਕੀਤੀ ਸੀ, ਉਸੇ ਹੀ ਸਕੂਟਰੀ 'ਤੇ ਇਹਨਾਂ ਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ। ਹਾਂਜੀ, ਜਿਹੜੇ ਦੋਨੋਂ ਦੋਸ਼ੀ ਨੇ ਇਹਨਾਂ ਦੀ ਫਿਲਹਾਲ ਤਾਂ ਜਿਹੜਾ ਜਿਵੇਂ ਤੁਹਾਨੂੰ ਦੱਸਿਆ ਜਿਵੇਂ ਪੰਜਾਬ ਦੇ ਵਿੱਚ ਤਾਂ ਕੋਈ FIR ਦਰਜ ਨਹੀਂ, ਜਿਵੇਂ ਇੱਕ ਦਿੱਲੀ ਦਾ ਰਹਿਣ ਵਾਲਾ, ਇੱਕ ਪੰਚਕੂਲੇ ਦਾ, ਅਸੀਂ ਦੋਨਾਂ ਜਗ੍ਹਾ ਦੀ ਜਿਹੜੀ ਪੁਲਿਸ ਕੰਸਰਨਡ ਉਹਨਾਂ ਨਾਲ ਕੰਟੈਕਟ ਕਰ ਰਹੇ ਹਾਂ, ਜੇ ਸਾਨੂੰ ਕੋਈ ਹਿਸਟਰੀ ਸਾਹਮਣੇ ਆਈ ਤਾਂ ਮੈਂ ਤੁਹਾਨੂੰ ਦੁਬਾਰਾ ਦੱਸ ਦੂੰਗਾ। ਇਹ ਜਿਹੜਾ ਤਾਂ ਸੋਨੂ ਸੀਗਾ ਇਹ ਤਾਂ ਇੱਥੇ ਪ੍ਰਭਾਤ 'ਚ ਹੀ ਕਿਤੇ ਇੱਥੇ ਕੋਈ ਪਹਿਲਾਂ ਇਹਦੇ ਕੋਈ ਜਾਣਕਾਰ ਸੀਗੇ ਉਹਨਾਂ ਦੇ ਘਰ ਛੁੱਪਦਾ ਰਿਹਾ ਜਿੰਨਾ ਵੀ ਟਾਈਮ ਲੁਕਿਆ ਇਹ 15-20 ਘੰਟੇ, ਅਤੇ ਜਿਹੜਾ ਦੂਸਰਾ ਸੀਗਾ ਆਪਣਾ ਵਰੁਣ
ਇਹ ਇੱਕ ਵਾਰ ਇੱਥੋਂ ਚਲਾ ਗਿਆ ਸੀ, ਬਟ ਫਿਰ ਇੱਥੇ ਹੀ ਆ ਗਿਆ। ਦੋਨੋਂ ਨੂੰ ਅਸੀਂ ਇੱਥੇ ਬਟਾਣੇ ਦੇ ਏਰੀਏ 'ਚ ਗ੍ਰਿਫਤਾਰ ਕੀਤਾ।